आईटी त्रिकोण 60 70 फिल्मਾਂ ਤਾਂ ਬੰਦ ਪਈਆਂ ਜਿਹੜੀਆਂ ਸਿਰਮੇ ਤੱਕ ਪਹੁੰਚ ਨਹੀਂ پا ਰਹੀਆਂ ਸੋ ਕਹ ਲੋ ਵੀ ਇਹ 40 ਲੱਖ ਰੁਪਏ ਤਾਂ ਆਪ ਇਹ ਜੀ ਮਤਲਬ ਸਿਰਫ ਜਿਹੜਾ ਤੁਹਾਡੀ ਫਿਲਮ ਥੀਏਟਰ ਤੱਕ ਪਹੁੰਚੂਗੀ ਫਿਰ ਇੰਡੀਆ ਦੇ ਵਿੱਚ ਹੁਣ ਮੈਂ ਰਿਲੀਜ਼ ਕਰਨ ਗਿਆ ਸੀ ਮੇਰਾ ਨਾ ਨਾ ਕਰਦੇ ਵੀ 1.5 ਕਰੋੜ ਤੇ ਲੱਗੇ ਜਿਹੜਾ ਉੱਥੇ ਲੱਗਿਆ ਉੱਥੇ ਤਾਂ ਜੀ 1 ਰੁਪਏ ਦੀ ਚੀਜ਼ ਹੈ ਤੁਹਾਨੂੰ 4 ਰੁਪਏ ਦੀ ਕੁੰਡੀ ਲੱਗਣੀ ਲੱਗਣੀ ਹੈ ਤੇ ਜੇ ਤੁਸੀਂ ਜਾਸਤ ਜੀ ਐਨ ਆਰ ਆਈ ਹੋ ਸਤੋ 6-7 ਦੀ ਜਾਵੜੇ ਮੈਂ ਤਾਂ ਇਹ ਸੋਚਦਾ ਵੀ ਹਾਂ ਜੇ ਫਿਊਚਰ ਚ ਗੱਦੀ ਕਿਤੇ ਕੰਮ ਕੀਤਾ ਇੰਡੀਆ ਰਿਲੀਜ਼ ਕਰਨ ਦੀ ਲੋੜ ਨਹੀਂ ਆਪ ਦਾ ਓਵਰਸੀਜ਼ ਰਿਲੀਜ਼ ਕਰੋ ਮੈਨੂੰ ਤਾਂ ਤੋ ਕਿਹੜੇ ਜੱਪ ਵਿੱਚ ਪਾਤਾ ਪਾਗਲ ਕਰਤਾ ਕਹਿੰਦਾ ਮੈਨੂੰ ਇਹਨਾਂ ਨੇ ਪਾਗਲ ਦੇਖੋ ਫਿਲਮ ਤੁਹਾਡੀ ਅਗਲੇ ਦਿਨ ਰਿਲੀਜ਼ ਹੋ ਰਹੀ ਹੈ 4.5 ਲੱਖ ਰੁਪਏ ਬਿਲ ਤੁਹਾਨੂੰ ਰਾਤ ਨੂੰ ਆ ਗਿਆ ਬੀਚ ਦੇ ਵੀ ਲਾਸਟ ਮੂਮੈਂਟ ਤੇ ਗੂ ਪਤਾ ਵੀ ਅਗਰ ਅਗਰ ਬੰਦਾ ਫਸਿਆ ਹੋਇਆ ਹੈ ਨੂੰ ਪੈਸੇ ਦੇਣੇ ਪੈਣ ਗਿਆ ਉਹ ਸਾਰੇ ਸਿਸਟਮ ਦੇ ਤਾਂ ਇਤਈ ਕੋਈ ਨਵਾਂ ਬੰਦਾ ਫਿਲਮ ਨਹੀਂ ਬਣਾ ਸਕਦਾ ਤੁਸੀਂ ਦੱਸੋ ਵੀ ਕੋਈ ਨਵਾਂ ਬੰਦਾ ਆਉਂਦਾ ਬੰਬੇ ਤੋਂ ਸ਼ਾਹਰੁਖ ਖਾਨ ਨੂੰ ਭੇਜਣੇ ਪੈਗੇ ਪੈਸੇ ਉਹ ਵੀ ਇਹੋ ਜਿਹੇ ਤਕੜੇ ਬੰਦੇ ਨੇ ਜਿਹਨੇ ਤਾਂ ਜ਼ਿੰਦਗੀ ਚ ਕੀਤਾ ਹੀ ਕੁਝ ਹੋਵੇ ਕਿੰਨਾ ਕੁਝ ਹੋਵੇ ਹਿੰਦੀ ਫਿਲਮ ਚ ਅਮੀਰ ਖਾਨ ਨੇ ਦੰਗਲ ਨੇ ਵਧੀਆ ਆਪਣੀ ਫਿਜ਼ੀਕ ਬਣਾ ਲਈ ਸੀ ਬਾਗ ਮਿਲਖਾ ਬਾਗ ਜਫਰਾਨ ਇੱਕਦਾਂ ਨੇ ਬਣਾ ਲਈ ਸੀ ਵੀ ਤੁਸੀਂ ਹੁਣ ਜੀ ਆਪਣਾ ਦੇਸੀਏ ਤਰੀਕੇ ਨਾਲ ਜਾ ਕੇ ਸ਼ੂਟ ਕਰਨੀ ਸ਼ੁਰੂ ਕਰਤੀ ਇੱਕ ਫਿਲਮ ਦੇ ਮੁਤਲਕ ਜਿਹੜੀ ਗੱਲ ਤੁਸੀਂ ਸੁਣ ਰਹੇ ਹੋ ਆ ਤੇ ਪਦਮਸ਼ਰੀ ਕੌਰ ਸਿੰਘ ਦੇ ਉੱਤੇ ਇੱਕ ਬਹੁਤ ਹੀ ਮਹੱਤਵਪੂਰਨ ਫਿਲਮ ਕਰਮ ਸਿੰਘ ਬਾਠੋੜਾ ਨੇ ਬਣਾਈ ਹੈ ਕਰਮ ਬਾਠ ਜੀ ਸਾਡੇ ਪਾਈਚਾਰੇ ਦੇ ਬਹੁਤ ਰਲ ਮਿਲ ਕੇ ਰਹਿਣ ਵਾਲੇ ਇਤਿਹਾਸਮੁਖ ਸੁਆ ਦੇ ਵਿਅਕਤੀ ਨੇ ਔਰ ਉਹਨਾਂ ਦੇ ਨਾਲ ਰਾਜ ਕਾਕੜਾ ਤੇ ਕਰਮ ਬਾਠ ਦੋਨੋਂ ਜਣੇ ਸਾਡੇ ਸਟੂਡੀਓਜ਼ ਦੇ ਵਿੱਚ ਨੇ ਅੱਜ ਇਹਨਾਂ ਦੀ ਜਿਹੜੀ ਨਵੀਂ ਫਿਲਮ ਹੈ ਇਹਨਾਂ ਨੇ ਬਣਾਈ ਹੈ ਇਹਦੇ ਪ੍ਰੋਡਿਊਸਰ ਵੀ ਨੇ ਇਹ ਡਾਇਰੈਕਟਰ ਵੀ ਨੇ ਤੇ ਉਸ ਦੇ ਨਾਲ ਨਾਲ ਇਦੇ ਵਿੱਚ ਮੁੱਖ ਭੂਮਿਕਾ ਵੀ ਕਰਮ ਬਾਠ ਨੇ ਹੀ ਨਿਭਾਈ ਹੈ ਕਰਮ ਬਾਠ ਜੀ ਤੇ ਕਾਕੜਾ ਜੀ ਜੀ ਆਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਧੰਨਵਾਦ ਭਾਜੀ ਬਹੁਤ ਬਹੁਤ ਥੈਂਕ ਯੂ ਸਰੰਦਰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਛਾ ਕਿਸ ਤਰੀਕੇ ਨਾਲ ਤੁਹਾਡਾ ਇਹ ਵਿਚਾਰ ਬਣਿਆ ਇਸ ਦੇ ਉੱਤੇ ਫਿਲਮ ਬਣਾਉਣ ਲਈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਅਨਸੰਗ ਹੀਰੋ ਨੇ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਨਹੀਂ ਬਾਕੀ ਹੋਰ ਥਾਵਾਂ ਦੇ ਉੱਤੇ ਵੀ ਪੰਜਾਬ ਦੇ ਤਾਂ ਖਾਸ ਦੌਰ ਦੇ ਉੱਤੇ ਜਿਨ੍ਹਾਂ ਦੀ ਗੱਲ ਨਹੀਂ ਪੁੱਛੀ ਕਿਸੇ ਨੇ ਤੁਸੀਂ ਕਮਾਲ ਕਰਤੀ ਹਾਂਜੀ ਐਗਜ਼ੈਕਟਲੀ ਦੇਖੋ ਜਦੋਂ ਮੈਨੂੰ ਵੀ ਇਹ ਸਟੋਰੀ ਸੁਣਨ ਚਾਹੀ ਤਾਂ ਮੈਨੂੰ ਅੰਦਰੋਂ ਬਹੁਤ ਮਤਲਬ ਰੂਹ ਕਮਾਉਣੀ ਜਿਹੜੀ ਸਟੋਰੀ ਸੀਗੀ ਉਹ ਲੱਗੀ ਵੀ ਸਾਡੇ ਪੰਜਾਬ ਦਾ ਇੰਨਾ ਬੱਬਰ ਸ਼ੇਰ ਇੰਨਾ ਵੱਡਾ ਹੀਰਾ ਸਾਡੇ ਪੰਜਾਬ ਦਾ 올 ਓਵਰ ਇੰਡੀਆ ਦੀ ਜਿਹ ਅੱਜ ਦੀ ਪੋਪੂਲੇਸ਼ਨ ਹੈ ਤਾਂ 100 ਕਰੋੜ ਪਲੱਸ ਜਾ I think ਹੁਣ ਇੱਕ ਵੀ ਵੀ ਟੱਪ ਗਈ ਹੋਣੀ ਹੈ ਹਨਾ ਉਹਦੇ ਵਿੱਚੋਂ ਜੇ ਕੱਲਾ ਇਹੋ ਜਿਹਾ ਐਥਲੀਟ ਹੋ ਕੇ ਅੱਗੇ ਪਹੁੰਚੇ ਅੰਤਰਰਾਸ਼ਟਰੀ ਪੱਧਰ ਤੱਕ ਅਰਜੁਨਾ ਵਾਰਡ ਵਨ ਕੀਤਾ ਪਦਮਾ ਸ਼੍ਰੀ ਵਨ ਕੀਤਾ 11 골ਡ ਮੈਡਲ ਨੇ ਮੁਹੰਮਦ ਅਲੀ ਤੱਕ ਨਾ ਕੱਲਾ ਲੜ ਗਿਆ ਹੋਵੇ ਤੇ ਉਹ ਤੋਂ ਬਾਅਦ ਕਿਵੇਂ ਸਿਸਟਮ ਨੇ ਉਹਨਾਂ ਨੂੰ ਮਤਲਬ ਟ੍ਰੀਟ ਕੀਤਾ ਹਨ ਜਦੋਂ ਫਿਰ ਮੈਂ ਉਹਨਾਂ ਬਾਰੇ ਜਾਣਦਾ ਰਿਹਾ ਫਿਰ ਮੈਨੂੰ ਮੱਖਣ ਸਿੰਘ ਬਾਰੇ ਵੀ ਪਤਾ ਲੱਗਿਆ ਮੱਖਣ ਸਿੰਘ ਨੇ ਮਿਲਖਾ ਸਿੰਘ ਨੂੰ ਹਰਾਤਾ ਸੀ ਉਹਨਾਂ ਦੀ ਸਟੋਰੀ ਹੈ ਜੀ ਕੁਝ ਉਹਨਾਂ ਨੇ ਅਰਜਨ ਵਾਡਾ ਦਿੱਤਾ ਗਿਆ ਉਹਨੂੰ ਹਾਂਜੀ ਤੇ ਉਹਨਾਂ ਦੀ ਵਾਈਫ ਕਹਿੰਦੀ ਐਂਡ ਚ ਆ ਕੇ ਵੀ ਇਹਨੂੰ ਨਿਲਾਮ ਕਰਾ ਲਓ ਅਰਜਨ ਵਾਡੀ ਨੂੰ ਆਣਾ ਅਸੀਂ ਮੈਡਲਾਂ ਤੋਂ ਕੀ ਲੈਣਾ ਹਨਾ ਵੀ ਜੇ ਤੁਸੀਂ ਸਾਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਦੇ ਸਕਦੇ ਆਫਟਰਵਰਡਸ ਹਨਾ ਉਹ ਕੀ ਕਹਾਣੀ ਵੀ ਉਹ ਕ੍ਰਿਕਟ ਦੀਆਂ ਬਾਲਾਂ ਨਿਲਾਮ ਕਰਦੇ ਸੀ ਨੀ ਉਹ ਕਹਿੰਦੀ ਵੀ ਤੁਸੀਂ ਜਿਹੜੀ ক্রিকেট ਗੇਮ ਹੈ ਅਸੀਂ ਫਿਲਮ ਚ ਵੀ ਦਿਖਾਇਆ ਸੀਨ ਵੀ ਵਾਰੀ ਵਾਰੀ ਬੰਦਾ ਜਾਈ ਜਾਂਦਾ ਉਹ ক্রিকেট ਮੈਚ ਦੇਖੀ ਜਾਂਦੇ ਸਾਰੇ ਬੈਠੇ ਹਨ ਉਹਦੀ ਵਾਈਫ ਕਹਿੰਦੀ ਵੀ ਤੁਸੀਂ ক্রিকেট ਦੀਆਂ ਤਾਂ ਬੋਲਾਂ ਬਿਆ ਬਾਲਸ ਨਿਲਾਮ ਨਹੀਂ ਹੋਈ ਨੇ ਨਿਲਾਮੀ ਕਰ ਰਹੇ ਇਹ ਤੰਦुलकर ਸਾਹਿਬ ਇਹਨਾਂ ਕੇ ਡੀਸ ਜਾਂ ਬਾਲ ਅਸੀਂ ਹੁਣ ਇੰਨੇ ਦਿਨ ਲਾਮ ਕਰ ਰਹੇ ਆ ਆ ਟੀ-ਸ਼ਰਟ ਇਹਨਾਂ ਨੇ ਇੱਥੇ ਪਾਈ ਸੀ ਵੀ ਤੁਸੀਂ ਤਾਂ ਉਹਨਾਂ ਹੀ ਪ੍ਰੋਡਕਟ ਨਿਲਾਮ ਕਰੀ ਜਾਂਦੇ ਹੋ ਹਨਾ ਸੋ ਸਾਡੀ ਜੇ ਕੋਈ ਪੰਜਾਬ ਦੀ ਕੋਈ ਭਾਵੇਂ ਕੋਈ ਵੀ ਖੇਡ ਹੈ ਹਨਾ ਜੇ ਦੇਖੋ ਇਹ ਕਿੰਨੀ ਵੱਡੀ ਗੱਲ ਹੁੰਦੀ ਹੈ ਵੀ ਤੁਸੀਂ ਇੰਨੇ ਵੱਡੇ ਪੱਧਰ ਤੱਕ ਇੱਕ ਬੰਦਾ ਪਹੁੰਚਿਆ ਸੰਗਰੂਰ ਜ਼ਿਲ੍ਹੇ ਦਾ ਉਹ ਵੀ ਹਨਾ ਤੇ ਉਹ ਨੇ ਫਿਰ ਮੈਂ ਸੋਰੀ ਮਖਣ ਸਿੰਘ ਦੀ ਵਾਈਫ ਕਹਿੰਦੀ ਵੀ ਮੇਰੇ ਕੋਲ ਕੀ ਹੈ ਵੀ ਹਣਾ ਤੁਸੀਂ ਆ ਵੀ ਮੇਰੇ ਪਤੀ ਨੇ ਤਾਂ ਪਾਸਟ ਡੈਵਰੀ ਕੀਤੀ ਉਹ ਤੋਂ ਬਾਅਦ ਜਦੋਂ 6:00 ਵਜੇ ਗਈ ਉਹ ਤੋਂ ਬਾਅਦ ਉਹ ਕਹਿੰਦੀ ਵੀ ਉਹ ਉਹਨਾਂ ਨੇ ਕਿਤਾਬਾਂ ਵੀ ਵੇਚਣੇ ਪਏਗੇ ਉਹਨਾਂ ਨੂੰ ਵੀ ਤੁਸੀਂ ਆ ਅਰਜੁਨਾ ਬੋਡੀਨ ਇਲਾਮ ਕਰ ਲਓ ਭਾਈ ਆਪੇ ਤੇ ਲੈ ਜਾਓ ਇਹਨੂੰ ਕਿਆ ਬਾਤ ਹੈ ਹਮਮ ਸੋ ਫਿਲਮ ਫਿਰ ਹੈ ਤਕਰੀਬਨ ਤਕਰੀਬਨ ਰੋਲ ਉਹਦਾ ਤੁਸੀਂ ਕੀਤਾ ਹਾਂਜੀ ਕੌਰ ਸਿੰਘ ਤੇ ਮੈਂ ਰੋਲ ਕੀਤਾ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਾਜ ਕਾਕੜਾ ਜੀ ਧੰਨਵਾਦ ਭਾਜੀ ਤੁਸੀਂ ਜਿਹੜਾ ਉਹਦੇ ਵਿੱਚ ਮੇਰਾ ਖਿਆਲਾ ਕਰਮ ਦੇ ਕੋਚ ਦਾ ਰੋਲ ਅਦਾ ਕੀਤਾ। ਹਾਂਜੀ ਆਰਮੀ ਦੇ ਵਿੱਚ ਕੋਚ ਹੁੰਦੇ ਨੇ ਜੀ। ਅ ਕੌਰ ਸਿੰਘ ਹੁੰਦੇ। ਤੇ ਉਹਨਾਂ ਦਾ ਕੁਝ ਰੋਲ ਇਹ ਮੈਂ ਪਲੇ ਕੀਤਾ ਆ। ਉਹ ਦਿਨਾਂ ਫਿਰ ਐਕਚੁਅਲੀ ਤੁਹਾਨੂੰ ਜਾਣਾ ਪਿਆ ਜਿਮ ਦੇ ਵਿੱਚ। ਅਸੀਂ ਇੱਥੇ ਆਪਣੇ WhatsApp ਤੇ ਹੀ ਇਕੱਠੇ ਸੀ ਇੱਕ ਮਹੀਨੇ ਅਸੀਂ ਇੱਥੇ ਟ੍ਰੇਨਿੰਗ ਲੈ ਲਈ ਸੀ। ਅੱਛਾ ਅੱਛਾ। ਸੋ ਜਿੰਨਾ ਵੀ ਆਪਣੇ ਆਪ ਨੂੰ ਬੈਟਰ ਕਰ ਸਕਦੇ ਸੀਗੇ। ਅੱਛਾ। ਹਾਂਜੀ। ਸੋ 6 ਮਹੀਨੇ ਲਗਾਤਾਰ ਉਹ ਟ੍ਰੇਨਿੰਗ ਚੱਲਦੀ ਰਹੀ। ਹਾਂਜੀ। ਹੂੰ ਹੂੰ। ਤੁਸੀਂ ਵਾਕਈ ਇਹਨਾਂ ਨੂੰ ਤਕੜਾ ਕਰਨਾ ਚਾਹੁੰਦੇ ਸੀ ਜਾਂ ਕਿ ਫਿਲਮ ਸ਼ੂਟ ਕਰਦੇ ਸੀ ਨਹੀਂ ਤਕੜਾ ਸਗੋਂ ਮੈਂ ਤਾਂ ਭਾਰ ਘਟਾ ਦਿੱਤੀ ਕਿਲੋ ਇਹ 30 ਫਿਲਮ ਤੋਂ ਪਹਿਲਾਂ 3 ਕਿਲੋ ਭਾਰ ਘਟਾਇਆ ਉਸੇ ਐਕਸਰਸਾਈਜ਼ ਨਾਲ ਹਾਂਜੀ ਹਾਂਜੀ ਵਾਹ 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 ਬੜਾ ਸਾਬ ਨੇ ਸੋ ਬੜੀ ਮਿਹਨਤ ਆ ਜੀ ਸਾਰੀ ਟੀਮ ਦੀ ਕਿਉਂਕਿ ਅੱਗੇ ਅਸੀਂ ਸੁਣਦੇ ਹੁੰਦੇ ਸੀ ਵੀ ਅੰਗਰੇਜ਼ੀ ਫਿਲਮਾਂ ਦੇ ਜਿਹੜੇ ਜਿਹੜੇ ਕੋਈ ਹੀਰੋ ਨੇ ਰੈਂਬੋ ਆ ਆਈ ਆ ਕੋਈ ਰੌਕ ਕੀ ਇਹੋ ਜਿਹੀ ਫਿਲਮ ਬਣਦੀ ਆ ਉਹ ਰੀਅਲ ਲਾਈਫ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਕਰੈਕਟਰ ਨਿਭਾਉਣ ਲਈ ਕੰਮ ਕਰਦੇ ਰਹਿੰਦੇ ਸੋ ਤੁਸੀਂ ਉਸੇ ਤਰ੍ਹਾਂ ਕਮਾਇਆ ਹਾਂਜੀ ਬਿਲਕੁਲ ਦੇਖੋ ਆਪਾਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਕਰਨਾ ਚਾਹੁੰਦੇ ਸੀ ਜਿਸ ਦੇ ਨਾਲ ਕੱਲ ਨੂੰ ਕੋਈ ਉੱਠ ਕੇ ਆਪਾਂ ਨੂੰ ਇਹ ਕਵੇ ਭਾਈ ਹਿੰਦੀ ਫਿਲਮ ਚਾ ਅਮੀਰ ਖਾਨ ਨੇ ਦੰਗਲ ਨੇ ਵਧੀਆ ਆਪਣੀ ਫਿਜ਼ੀਕ ਬਣਾ ਲਈ ਸੀ ਬਾਗ ਮਿਲਖਾ ਬਾਗ ਜਫਰਾਨ ਅਕਤ ਨੇ ਬਣਾ ਲਈ ਸੀ ਵੀ ਤੁਸੀਂ ਹੁਣ ਜੀ ਆਪਣਾ ਦੇਸੀਏ ਤਰੀਕੇ ਨਾਲ ਜਾ ਕੇ ਸ਼ੂਟ ਕਰਨੀ ਸ਼ੁਰੂ ਕਰਤੀ ਸੋ ਆਪਾਂ ਕੋਈ ਵੀ ਚੀਜ਼ ਬਣਾਈਏ ਹਨਾ ਆਪਾਂ ਨੂੰ ਵੀ ਆਪਾਂ ਉਹਨੂੰ ਆਪਣਾ ਬੈਸਟ ਦੇਈਏ ਹਨਾ ਐਜ਼ ਐਨ ਆਰਟਿਸਟ ਕਿਉ ਫੀ ਨੰਬਰ ਕੁ ਬੰਦੇ ਜੁੜੇ ਹੋਏ ਐ ਜਤਿੰਦਰ ਸ਼ਾਹ ਜੀ ਦਾ ਮਿਊਜ਼ਿਕ ਹੈ ਰਣਜੀਤ ਪਾਵੇ ਦਾ ਗਾਣਾ ਹੈ ਗੁਰਲੇਜ ਅਕਤਰ ਕਮਲ ਖਾਨ ਨਸ਼ਤਰ ਗਿਲ ਇਨ ਨੇ ਰੈਨਾਉਂਡ ਪਰਸਨੈਲਿਟੀਜ਼ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਸੋ ਉਦੋਂ ਆਪਾਂ ਕੋਈ ਵੀ ਚੀਜ਼ ਇਹੋ ਜੀ ਗਲਤ ਨਹੀਂ ਕਰ ਸਕਦੇ ਵੀ ਤੁਹਾਡੇ ਨਾਲ ਨੇ ਵੱਡੇ ਵੱਡੇ ਨਾਮ ਨੇ ਕਾਕੜ ਜੀ ਨੇ ਸਾਰੇ ਗਾਣੇ ਲਿਖੇ ਸਾਰੇ ਸੁਪਰ ਹਿੱਟ ਗਏ ਇੰਸਟਾਗ੍ਰਾਮ ਤੇ ਵੀ ਵੀ 25 25 ਹਜ਼ਾਰ ਰੀਲਾਂ ਇੱਕ ਇੱਕ ਗਾਣੇ ਦੀ ਬਣੀ ਹੋਈ ਹੈ ਤੇ ਰੀਲਾਂ ਬਣਨੀਆਂ ਸਾਰਾ ਕੁਝ ਵੀ ਉਹ ਗਾਣੇ ਸਕਸੈਸਫੁਲ ਨੇ ਹਿੱਟ ਹੋਏ ਗਾਣੇ ਆਪਣੇ ਸੋ ਤੁਸੀਂ ਇੰਨੇ ਹਾਈਐਸਟ ਕੁਆਲਿਟੀ ਪੀਪਲ ਨਾਲ ਤੁਹਾਨੂੰ ਮੌਕਾ ਮਿਲਿਆ ਜ਼ਿੰਦਗੀ 'ਚ ਕੰਮ ਕਰਨ ਦਾ ਤੇ ਆਪਾਂ ਕੋਈ ਵੀ ਗਲਤੀ ਪੇਸ਼ ਕਰਨਾ ਹੀ ਨਹੀਂ ਚਾਹੁੰਦੇ ਸੀ ਜੋ ਅਸੀਂ 6 ਮਹੀਨੇ ਦੱਬ ਕੇ ਮਿਹਨਤ ਕੀਤੀ ਹੈ ਮੈਨੂੰ ਯਾਦ ਮਾ ਘਰੋਂ ਪਾਇਦਾ ਹੀ ਵੀਰ ਗ੍ਰੀਕਪਰ ਕੋਲ ਗੁੱਡ ਲਾਈਫ ਫਿਟਨੈਸ ਜਾਂਦਾ ਹੈ ਇੱਧਰ ਘੰਟੇ ਭੱਜ ਕੇ 2-3 ਘੰਟੇ ਉੱਥੇ ਲਾਉਣੇ ਫਿਰ ਕਰੇ ਭੱਜ ਕੇ ਜਾਣਾ ਤੇ ਸ਼ਾਮ ਨੂੰ ਫਿਰ ਬਾਕਸਿੰਗ ਕਰਨੀ ਉਹ 6 ਮਹੀਨੇ ਮੇਰੇ ਘਰ ਦੇ ਕਹਿੰਦੇ ਤੂੰ ਕੰਮ ਛੱਡ ਕੇ ਕਿਹੜੇ ਕੰਮ 'ਚ ਲੱਗ ਗਿਆ ਹੈਗਾ ਸ ਫਿਲਮ ਦੀ ਸ਼ੂਟਿੰਗ ਆਈ ਥਿੰਕ ਕੈਨੇਡਾ ਚ ਹੋਈ ਬਹੁਤੀ ਨਹੀਂ ਇਹ ਆਪਣੀ ਨੇ ਪੀਰੀਅਡ ਡਰਾਮਾ ਹੈ ਕਿਉਂਕਿ ਇਹ 80s ਦੇ ਵਿੱਚ ਦੀ ਫਿਲਮ ਹੈਗੀ ਹੈ ਸੋ ਇਹ ਸਾਰੀ ਫਿਲਮ ਅਰਾਊਂਡ ਚੰਡੀਗੜ੍ਹ ਮਾਹੌਲੀ ਉਹ ਪਟਿਆਲਾ ਉਹ ਏਰੀਆ ਛੂਟ ਹੋਈ ਹੈ ਜੀ ਅੱਛਾ ਚੋ ਉੱਥੇ ਸ਼ੂਟ ਕਰਕੇ ਲਿਆ ਹਾਂਜੀ ਹਾਂਜੀ ਇਹਦਾ ਡਾਇਰੈਕਟਰ ਕੌਣ ਹੈ ਡਾਇਰੈਕਟਰ ਨੇ ਵਿਕਰਮ ਪ੍ਰਧਾਨ ਸਾਹਿਬ ਨੇ ਬੰਬਈ ਦੀ ਇਹਨਾਂ ਨੇ ਪਹਿਲਾਂ ਫਿਲਮ ਬਣਾਈ ਸੀ ਸੈਸਟੀਕਲ ਇੰਗਲੈਂਡ ਐਮੀ ਵਰਕ ਦੀ ਤੇ ਉਹਨਾਂ ਦੀ ਹੀ ਜਿਹੜੀ ਇਹ ਪ੍ਰੋਡਕਟ ਮਤਲਬ ਕਹਿੰਦੇ ਜਿਹੜਾ ਬੂਟਾ ਹੈ ਉਹਨਾਂ ਦਾ ਹੀ ਲੱਗਿਆ ਹੋਇਆ ਕਿਉਂਕਿ ਜਦੋਂ ਪਹਿਲਾਂ ਔਰ ਸਿੰਘ ਜੀ ਬਿਮਾਰ ਹੋ ਗਏ ਸੀ ਉਸ ਤੋਂ ਬਾਅਦ ਫਿਰ ਇਹ ਵੀ ਬੰਬਈ ਸੀ ਕਿ ਵਿਕਰਮ ਜੀ ਹਨ ਤੇ ਇਹਨਾਂ ਨੇ ਦੇਖਿਆ ਵੀ ਸ਼ਾਹਰੁਖ ਖਾਨ ਨੇ ਵੇਹੇ ਭੇਜੇ ਇਹਨਾਂ ਨੂੰ ਵੀ ਲੱਗਿਆ ਵੀ ਯਾਰ ਇਹ ਮਤਲਬ ਕੰਪਲੀਟਲੀ ਸਾਊਥ ਨਾਰਥ ਡਿਫਰੈਂਟ ਸਟੇਟ ਹੈਗੀ ਹੈ ਇੰਡੀਆ ਦੇ ਵਿੱਚ ਤੇ ਬੰਬੇ ਤੋਂ ਸ਼ਾਹਰੁਖ ਖਾਨ ਨੂੰ ਭੇਜਣੇ ਪੈਗੇ ਪੈਸੀ ਉਹ ਵੀ ਇਹੋ ਜਿਹੇ ਤਕੜੇ ਬੰਦੇ ਨੇ ਜਿਹਨੇ ਤਾਂ ਜ਼ਿੰਦਗੀ ਚ ਕੀਤਾ ਕਿ ਖੁਸ਼ ਹੋਵੇ ਕਿੰਨਾ ਕੁਸ਼ ਹੋਵੇ ਉਹਨੂੰ ਤਾਂ ਮਤਲਬ ਇਹੋ ਜੀ ਪੈਕੇਜ ਮਿਲਣਾ ਚਾਹੀਦਾ ਹੈ ਕਿ ਮਤਲਬ ਤੁਹਾਨੂੰ ਕੋਈ ਹੱਥ ਨੇ ਵੱਡੇ ਮੰਗਣੇ ਪੈਣਗੇ ਤੋਂ ਅੱਗੇ ਹਨ ਫਿਰ ਉਹਨਾਂ ਨੂੰ ਕਿਉਰਿਓਸਟੀ ਪੈਦਾ ਹੋਈ ਉਹ ਜਾਜ ਲੈ ਕੇ ਆਪਣਾ ਸੰਗਰੂਰ ਆਏ ਉਹਨਾਂ ਨੇ ਸਟੋਰੀ ਫੜੀ ਉਹਨਾਂ ਤੋਂ ਪਹਿਲਾਂ ਹਨ ਤੇ ਕੋਰ ਸਿੰਘ ਜੀ ਵੀ ਬੜੇ ਹੈਪੀ ਸੀਗੇ ਵੀ ਕਿਉਂਕਿ ਉਹ ਦਰਦ ਉਹਨਾਂ ਨੇ ਹੰਡਾਇਆ ਸੀਗਾ ਹਨ ਤਾਂ ਉਹ ਵੀ ਚਾਹੁੰਦੇ ਸੀ ਵੀ ਐਟ ਲੀਸਟ ਆਉਣ ਵਾਲੀ ਜਨਰੇਸ਼ਨਸ ਲਈ ਜਾਂ ਆਉਣ ਵਾਲੇ ਸਿਸਟਮ ਲਈ ਅਸੀਂ ਇੱਕ ਇਹੋ ਜੀ ਕੋਈ ਚੀਜ਼ ਦੇ ਜੀ ਕਿਵੇਂ ਦੇ ਕੋਈ ਘਰੋਂ ਚੱਲਦਾ ਖਿਡਾਰੀ ਹੋਸਟਲ ਰਹਿੰਦਾ ਘਰ ਛੱਡ ਕੇ ਰਹਿੰਦਾ ਕਿੰਨਾ ਕੁਸ਼ਤ ਤਸ਼ੱਦਦ ਸੰਦਾ ਹੈ ਨਾ ਸਿਸਟਮ ਦਾ ਤਸ਼ੱਦਦ ਸੰਦਾ ਹੈ ਉਸ ਤੋਂ ਬਾਅਦ ਜੋ ਕੁਝ ਉਹਨਾਂ ਤੇ ਵਿੱਚ ਰਿਆ ਉਹ ਚਾਹੁੰਦੇ ਸੀ ਵੀ ਕਿਤੇ ਵੱਡੀ ਚੀਜ਼ ਦੇ ਵਿੱਚ ਕਿਤਾਬ ਤੇ ਜਾਂ ਕਿਸੇ ਤਰੀਕੇ ਨਾਲ ਲਿਖਿਆ ਜਾਵੇ ਸੋ ਉਹਨਾਂ ਦਾ ਸੁਪਨਾ ਸੱਚ ਹੋ ਰਿਹਾ ਹੈ ਹੁਣ ਯਾ ਬਾਤ ਸੋ ਗੀਤ ਕੱਕੜੀ ਤੁਸੀਂ ਲਿਖੇ ਸਾਰੇ ਜੀ ਜੀ ਔਰ ਜਿਹੜਾ ਟਾਈਟਲ Song ਆ ਹਾਂਜੀ ਉਹ ਵੀ ਤੁਹਾਡਾ ਲਿਖਿਆ ਹੋਇਆ ਜੀ ਜੀ ਸਾਰੇ ਗੀਤਾਂ ਦਾ ਇਹ ਗੀਤ ਫਿਰ ਜਾਣਬੁੱਝ ਕੇ ਲਿਖਿਆ ਕਿ ਪਹਿਲਾਂ ਹੀ ਲਿਖੇ ਪਏ ਸੀ ਨਹੀਂ ਨਹੀਂ ਇਹ ਕਨਸੈਪਟ ਹੀ ਇਦਾਂ ਦਾ ਸੀਗਾ ਕਿ ਜਦੋਂ ਫਿਲਮ ਸ਼ੁਰੂ ਕੀਤੀ ਤੇ ਫਿਰ ਫਿਲਮ ਦੇ ਮੁਤਾਬਕ ਸਾਨੂੰ ਚਾਹੀਦੇ ਸੀ ਗਾਣੇ ਹਾਂਜੀ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅ ਸ ਆਪਣੇ ਸਰਕਾਰਾਂ ਦਾ ਤੇ ਸਿਸਟਮ ਦਾ ਤਾਂ ਇੱਕ ਫੇਲਿਅਰ ਹੈ ਹੀ ਅੱਭੀ ਉਹ ਦਿਖਾਂਤ ਹੈ ਕਿ ਇਹਨਾਂ ਨੇ ਇਹ ਸਾਡੇ ਜਿਹੜੇ ਹੀਰੋ ਨੇ ਇਹਨਾਂ ਦੀ ਸਾਰ ਨਹੀਂ ਲਈ ਹਾਂਜੀ ਪਰ ਉੱਥੇ ਵੱਡਾ ਦਿਖਾਂਤ ਇਹ ਵੀ ਹੈ ਕਿ ਸਮਾਜ ਨੇ ਵੀ ਆਪਣਾ ਜਿਹੜਾ ਰੋਲ ਆ ਉਹ ਇਹਦੇ ਵਿੱਚ ਕੋਈ ਚੰਗਾ ਨਹੀਂ ਪਲੇ ਕੀਤਾ ਵੀ ਸਾਡੇ ਤੁਹਾਡੇ ਆਸ-ਪਾਸੇ ਇਦਾਂ ਦੇ ਨਾਇਕ ਰੁੱਲ ਜਾਣੇ ਸਮਾਜ ਲਈ ਵੀ ਇੱਕ ਪਹਿਲਾਂ ਚੰਗੀ ਗੱਲ ਨਹੀਂ ਪਹਿਲਾਂ ਵੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਤੁਸੀਂ ਬਹੁਤ ਅੱਛਾ ਟਰੈਂਡ ਸ਼ੁਰੂ ਕੀਤਾ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਹ ਤੇ ਆ ਬੰਤਾ ਛੱਤੇਆਣਾ ਦੌਧਰੀਆ ਗਰਵਾਖਸ਼ ਹਾਂਜੀ ਔਰ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਤਕੜੇ ਬੰਦੇ ਹੋਏ ਆ ਪ੍ਰੋਮਿਨੈਂਟ ਹੋਇਆ ਸਿਰਫ ਤੇ ਸਿਰਫ ਆਪਣੇ ਉਹ ਖੇਤਰ ਦੇ ਵਿੱਚ ਜਾਂ ਉਸ ਥੋੜੇ ਜਿਹੇ ਪਿੰਡਾਂ ਚ ਹੀ ਉਹਨਾਂ ਦੀ ਮਹਿਮਾ ਰਹੀ ਉਸ ਤੋਂ ਬਾਅਦ ਬਿਮਾਰ ਹੋ ਗਏ ਬੁੱਢੇ ਹੋ ਗਏ ਕਿਸੇ ਨੇ ਕੋਈ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਪ੍ਰਮੋਟ ਨਹੀਂ ਕੀਤੀ ਵਰਲਡ ਪੱਧਰ ਤੇ ਜਿਹੜੇ ਪਲੇਅਰ ਨੇ ਤੁਹਾਡਾ ਨਾਮ ਤੁਹਾਡੇ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੌਸ਼ਨ ਕੀਤਾ ਹੋਵੇ ਤਾਂ ਉਹ ਉਹ ਇਦਾਂ ਅੱਖੋਂ ਓਲੇ ਅਣਗੌਲੇ ਨਹੀਂ ਕੀਤੇ ਜਾ ਸਕਦੇ ਇਦਾਂ ਦੇ ਜਿਹੜੇ ਅਸਲੀ ਹੀਰੋ ਨੇ ਸਾਡੇ ਤੇ ਇਹਨਾਂ ਵੱਲ ਹੁਣ ਜਦੋਂ ਚਲ ਵਟਸਐਪ ਨੇ ਤਾਂ ਹਿੰਮਤ ਕਰਕੇ ਇਹਨਾਂ ਪੈਸਾ ਲਾ ਕੇ ਇਹ ਕਿ ਪੰਜਰਤੀ ਤਿਆਰ ਕਰ ਲਿਆ ਹੈ ਨਾ ਚਲੋ ਉਹਦੇ ਨਾਲ ਕੌਰ ਸਿੰਘ ਹੁਰੀ ਵੀ ਥੋੜੇ ਜੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਾ ਕਿ ਸਾਡਾ ਨਾਇਕ ਹੈ ਨਾ ਇਹ ਕਿਦਾਂ ਅਣਗੌਲਾ ਕੀਤਾ ਗਿਆ ਸਿਸਟਮ ਵੱਲੋਂ ਨਾ ਸਮਾਜ ਚਲੋ ਉਹਨਾਂ ਦੀ ਸ਼ਾਇਦ ਹੁਣ ਪੂਛਪੜਿਤ ਹੋ ਜਾ ਪਰ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਇੰਨੇ ਇੰਨੇ ਸਾਡੇ ਹੀਰੋ ਇੰਨੇ ਸਾਡੇ ਨਾਇਕ ਇੰਨੇ ਪੁਰਾਣੇ ਪਲੇਅਰ ਬੈਠੇ ਆ ਕਿ ਜਿਨ੍ਹਾਂ ਦੀ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ ਹਾਂਜੀ ਤਾਂ ਮੈਨੂੰ ਲੱਗਦਾ ਵੀ ਸਮਾਜ ਦਾ ਵੀ ਇਹਦੇ ਵਿੱਚ ਬੜਾ ਵੱਡਾ ਉਹ ਫੇਲਿਅਰ ਹੈ ਕਿ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਸ-ਪਾਸੇ ਨਿਗਾਹ ਮਾਰੀਏ ਜਿਨ੍ਹਾਂ ਨੇ ਕੌਮ ਦੇ ਲਈ ਪੰਜਾਬ ਦੇ ਲਈ ਮਿੱਟੀ ਲਈ ਇੰਨਾ ਕੁਝ ਕੀਤਾ ਹੋਵੇ ਤਾਂ ਅਸੀਂ ਵੀ ਉਹਨਾਂ ਦੇ ਬਾਰੇ ਥੋੜਾ ਬੋਤਾ ਕੁਝ ਕਰ ਸਕੀਏ ਕਰਮਬਾਖੀ ਜੀ ਤੁਹਾਡੀ ਫਿਰ ਗੌਰ ਸਿੰਘ ਨਾਲ ਜਿਹੜੀ ਮੁਲਾਕਾਤ ਆਜ਼ਾਦੀ ਤੌਰ ਤੇ ਉਹਦੇ ਬਾਰੇ ਸਾਨੂੰ ਦੱਸੋ ਹਾਂਜੀ ਹੁੰਦਾ ਐਵੇਂ ਸੀ ਕਿ ਵੀ ਜਿਵੇਂ ਵਿਕਰਮ ਪ੍ਰਧਾਨ ਜੀ ਜਾਂਦੇ ਸੀ ਉੱਥੇ ਉਹਨਾਂ ਤੋਂ ਸਾਰੀ ਨਰੇਸ਼ਨ ਲੈਂਦੇ ਸੀ ਸਟੋਰੀ ਲਿਖਦੇ ਸੀ ਫਿਰ ਉਹਦੇ ਵਿੱਚ ਦਸ਼ਮੇਸ਼ ਸਿੱਖ ਅਕੈਡਮੀ ਵੀ ਹੈਗੀ ਹੈ ਉਹਦੇ ਤੋਂ ਵੀ ਤੁਹਾਨੂੰ ਇਨਫੋਰਮੇਸ਼ਨ ਲੈਂਦੇ ਉਹ ਲੈ ਕੇ ਫਿਰ ਉਹ ਰਾਈਟ ਕਰਦੇ ਰਹਿੰਦੇ ਸੀ ਉਹ ਰਾਈਟ ਕਰਕੇ ਬੰਬੇ ਆ ਜਾਂਦੇ ਫਿਰ ਉਹਨੂੰ ਹੋਰ ਨਖਾਰਦੇ ਫਿਰ ਐਟ ਦ ਸੇਮ ਟਾਈਮ ਉਹ ਮੈਨੂੰ ਦੱਸਦੇ ਰਹਿੰਦੇ ਸੀ ਸੋ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਆਉਂਦੀ ਸੀ ਵਾਇਆ ਵਿਕਰਮ ਪ੍ਰਧਾਨ ਜੀ ਆਉਂਦੀ ਸੀਗੀ ਤੇ ਉਹ ਮੈਨੂੰ ਦੱਸਦੇ ਰਹਿੰਦੇ ਸੀ ਵੀ ਹੁਣ ਉਹ ਫਾਰਮਰ ਤੋਂ ਬਾਅਦ ਫੌਜ ਚ ਆ ਗਿਆ ਹੈ ਫੌਜ ਤੋਂ ਬਾਅਦ ਉਹਰੇ ਉਹਨਾਂ ਨੇ ਬਾਕਸਿੰਗ ਦੇ ਵਿੱਚ ਹਨਾ ਆ ਗਏ ਹੈ ਸੋ ਉਹ ਸਾਰਾ ਜਿਹੜਾ ਕਿਰਦਾਰ ਉਹਨਾਂ ਦਾ ਮੈਨੂੰ ਥਰੂ ਵਿਕਰਮ ਪ੍ਰਧਾਨ ਪਤਾ ਚੱਲਦਾ ਰਹਿੰਦਾ ਸੀ ਬਟ ਜਦੋਂ ਅਸੀਂ ਫਿਰ ਫਿਲਮ ਸਟਾਰਟ ਕਰਨੀ ਸੀ ਉਹ ਤੋਂ ਪਹਿਲਾਂ ਕੋਰ ਸਿੰਘ ਜੀ ਮਿਲੇ ਡੂਰਿੰਗ ਦ ਸ਼ੂਟ ਵੀ ਆਉਂਦੇ ਰਹੇ ਉੱਥੇ ਸਕਪਾਲ ਖਹਿਰਾ ਜੀ ਆਏ ਮਨੀਸ਼ਾ ਗੁਲਰ ਟੀ ਜੀ ਆਏ ਹਨ ਤੇ ਉੱਥੇ ਪ੍ਰੀਮੀਅਰ ਤੇ ਵੀ ਕੌਰ ਸਿੰਘ ਜੀ ਆਏ ਹੋਏ ਸੀਗੇ ਵੈਸੇ ਲੋਕ ਵੀ ਦਰਸ਼ਕ ਵੀ ਹੁਣ ਜਿਹੜੇ ਆਉਣ ਵਾਲੇ ਦਰਸ਼ਕ ਨੇ ਜਿਨ੍ਹਾਂ ਨੇ ਫਿਲਮ ਦੇਖਣੀ ਆ ਉਹ ਜਾਨਣਾ ਚਾਹਣਗੇ ਕਿਉਂਕਿ ਤੁਹਾਡੇ ਚੇਤੇ ਹੁਣਾ ਮਿਲਖਾ ਸਿੰਘ ਜਿਹੜੀ ਫਿਲਮ ਸੀਗੀ ਉਹ ਮਿਲਖਾ ਸਿੰਘ ਦੇ ਜ਼ਿੰਦਾ ਵੇਲੇ ਆ ਗਈ ਸੀ ਹਾਂਜੀ ਉਹ ਜਦੋਂ ਹਲੇ ਜਿਉਂਦੇ ਸੀ ਤਕੜੇ ਸੀ ਹਾਂਜੀ ਹਾਂਜੀ ਔਰ ਇਸੇ ਤਰੀਕੇ ਨਾਲ ਇਹ ਫਿਲਮ ਵੀ ਜਿਹੜੀ ਕੌਰ ਸਿੰਘ ਦੇ ਹਲੇ ਉਨਾ ਦੀ ਵਸੇ ਸੈਟ ਕਿਹੋ ਜਿਹੇ ਲੋਕ ਜਾਣਨਾ ਚਾਹਣਗੇ ਅੰਨੀ ਹੁਣ ਤਾਂ ਬਹੁਤ 올ਡ ਨਹੀਂ ਹੁਣ ਤਾਂ ਲਮਸਾ ਉਹਨੂੰ ਲਿਆਂਦਾ ਗਿਆ ਤੇ ਪ੍ਰੀਮੀਅਰ ਤੇ ਤੇ ਕਿਉਂਕਿ ਲਾਸਟ ਵੀਕ ਵੀ ਹਸਪੀਟਲ ਟੈਟਮੈਂਟ ਸੀ ਉਹਨਾਂ ਦਾ ਜਿਹੜਾ ਲੱਤਾ ਨੇ ਉਹ ਆਲਮੋਸਟ ਕਾਫੀ ਕਿੰਨੇ ਸਾਲ ਦੇ ਹੋ ਗਏ ਜੀ ਰਾਉਂਡ 80 ਪਲੱਸ ਨਹੀਂ ਹੋਣ ਤੇ ਕਾਫੀ 올ਡ ਨੇ ਨਹੀਂ 80 ਪਲੱਸ ਤਾਂ ਇਹਨਾਂ ਦੀ ਉਮਰ ਤਾਂ ਮੈਂ ਲੱਗਦੀ ਹੈ 70 ਦੇ ਲੱਗ ਬਣਿਆ ਹਮ ਹਮ ਸਮਵੇ ਰਾਉਂਡ ਦੇ ਆਊਟ ਮੈਂ ਪਰ ਉਹਨਾਂ ਦਾ ਯਾਨੀ ਯਾਦਾ ਸ਼ਕਤੀ ਠੀਕ ਹੈ ਹਾਲੇ ਬਹੁਤ ਮਤਲਬ ਘੱਟ ਜਿੰਨੇ ਮਾੜੀ ਮੋਟੀ ਮਤਲਬ ਇੰਨੀ ਜਿਆਦਾ ਫਿਟ ਨਹੀਂ ਆ ਲਾਈਕ ਮੇਬੀ 50 ਅਨੇ ਸੋ ਹੋਰ ਕਾਗਨਾ ਚ ਕੀ ਕਹਿਣਾ ਚਾਹੋਗੇ ਤੁਸੀਂ ਅਖੀਰ ਸਾਡੇ ਸੁਣਨ ਵਾਲਿਆਂ ਨੂੰ ਮੈਂ ਤਾਂ ਇਹ ਹੀ ਕਹਿਣਾ ਜੀ ਬੇਨਤੀ ਕਰੂੰਗਾ ਕਿ ਕਲਾਕਾਰ ਤਾਂ ਆਪਣਾ ਚਲੋ ਫਰਜ ਬਾਤ ਸਾਬ ਨੇ ਤਾਂ ਪੂਗਾ ਦਿੱਤਾ ਆ ਵੀ ਹੁਣ ਲੋਕਾਂ ਤੇ ਆ ਵੀ ਸਾਡਾ ਵੀ ਸਿਨੇਮਾ ਤੱਕ ਜਾਣ ਤਾਂ ਕਿ ਜੇ ਫਿਲਮ ਨੂੰ ਹੰਗਾਰਾ ਮਿਲਦਾ ਤਾਂ ਫਿਰ ਕਲਾਕਾਰ ਅੱਗੇ ਵੀ ਕੁਝ ਕਿਉਂਕਿ ਇਸ ਤੋਂ ਪਹਿਲਾਂ ਧਰਮਯੁੱਧ ਮੋਰਚਾ ਇਹ ਲਗਾਤਾਰ ਦੋ ਪ੍ਰੋਜੈਕਟ ਉਹ ਨੇ ਜਿਹੜੇ ਵੱਡੇ ਟੋਟਲ ਰਿਸਕੀ ਪ੍ਰੋਜੈਕਟ ਆ ਧਰਮਯੁੱਧ ਮੋਰਚਾ ਵੀ ਤੇ ਪਦਮਸ਼ਰੀ ਕੌਰ ਸਿੰਘ ਵੀ ਕਿਉਂ ਲੀਕ ਤੋਂ ਹਟ ਕੇ ਫਿਲਮ ਬਣਾਉਣੀ ਸਭ ਤੋਂ ਵੱਡਾ ਚੈਲੰਜ ਤਾਂ ਪਹਿਲਾਂ ਹੀ ਹੁੰਦਾ ਆ ਇਹ ਲੋਕ ਫਾਰਮੂਲਾ ਫਿਲਮਾਂ ਦੇਖਣਗੇ ਅੱਗੇ ਜਾਂਦੇ ਆ ਤੇ ਹੈ ਵੀ ਆ ਇਹ 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 ਚ ਇਹਦੇ ਚ ਝੂਠ ਨਹੀਂ ਆ ਜੋ ਤੁਸੀਂ ਕਿਹਾ ਆ ਇਹ ਸੱਚ ਆ ਤੇ ਚਲੋ ਜਿੰਨੀ ਵੀ ਆਡੀਅנס ਹੈਗੀ ਆ ਤੇ ਮੈਨੂੰ ਲੱਗਦਾ ਵੀ ਚਲੋ WhatsApp ਤਾਂ ਇਹ ਵੀ ਕਹਿੰਦੇ ਵੀ ਜੇ ਮੇਰੇ 50% ਵੀ ਮੋੜ ਆਉਂਦੇ ਆ ਤੇ ਮੈਂ ਅਗਲਾ ਪ੍ਰੋਜੈਕਟ ਕਰਨ ਲਈ ਤਿਆਰ ਆ ਇਹਦੇ ਉੱਤੇ ਤੋਂ ਹੁਣ ਤੁਸੀਂ ਕਲਾਕਾਰ ਕੀ ਕਰ ਸਕਦਾ ਹਾਂ ਜੀ ਆਪਣੀ ਸਾਰਾ ਸਾਲ ਕਮਾਈ ਕਰਕੇ ਤੇ ਇਦਾਂ ਦੇ ਪ੍ਰੋਜੈਕਟ ਕਰਨੇ ਆਪਣੀ ਹੱਕ ਹਲਾਲ ਦੀ ਕਮਾਈ ਚੋਂ ਸਮਝ ਲਾਉਦਾ ਵੀ ਮੈਂ ਧੰਨਵਾਦੀ ਕਰਨਾ ਭਰਾ ਪਰ ਸਾਡਾ ਕੋ ਕੋਲ ਬੈਠਾ ਆ ਵੀ ਚਲੋ ਹਨਾ ਬਹੁਤ ਵਧੀਆ ਉਪਰਾਲਾ ਆ ਬਹੁਤ ਬੜੇ ਘੱਟ ਲੋਕ ਕਰਦੇ ਆ ਇਦਾਂ ਦੇ ਉਪਰਾਲੇ ਸੋ ਮੈਂ ਫੀਲ ਕਰਦਾ ਜੀ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਸਿਨੇਮੇ ਦੇ ਵਿੱਚ ਜਾ ਕੇ ਇਹ ਫਿਲਮ ਦੇਖਣ ਤਾਂ ਕਿ ਸਾਰੀ ਟੀਮ ਦਾ ਜਿਹੜਾ ਹੌਸਲਾ ਬਣਿਆ ਰਵੇ ਤੇ ਅੱਗੇ ਵੀ ਕੰਮ ਕਰ ਸਕੇ ਬੰਦਾ ਕਰਮਬਾਚੀ ਹੋਰ ਤੁਸੀਂ ਅਖੀਰ ਕੀ ਕਹਿਣਾ ਚਾਹੋਗੇ ਸਾਡੇ ਸੁਣ ਬੜਾ ਸਕਾਰਖੜਾ ਜੀ ਨੇ ਕਹਿਤਾ ਇਹ ਦੇਖੋ ਇਹ ਕਲੈਕਟਿਵ ਐਫਰਟ ਹੈ ਨਾ ਬਹੁਤ ਮਿਹਨਤ ਲੱਗਦੀ ਹੈ ਇਹ ਫਿਲਮ ਇਹ ਸਪੈਸ਼ਲੀ ਆ ਫਿਲਮ ਤੋਂ ਬਾਅਦ ਮੈਨੂੰ ਕਿਉਂਕਿ ਇਹਦੇ ਵਿੱਚ ਮੈਂ ਬਹੁਤ ਸਟਾਰਟਿੰਗ ਤੋਂ ਜੁੜਿਆ ਹਾਂ ਨਾ ਜਦੋਂ ਨਰੇਸ਼ਨ ਹੋਈ ਉਸ ਤੋਂ ਬਾਅਦ ਕਾਫੀ ਜਿਹੜਾ ਅਸੀਂ ਬੂਟਾ ਹਾਲੀਵੁੱਡ ਸਿਰਜਦੇ ਰਹੇ ਬੈਟਰ ਕਰਦੇ ਰਹੇ ਕਰਦੇ ਰਹੇ ਕਟੂਕਟ 400 ਤੋਂ 450 ਬੰਦਾ ਹੋਊਗਾ ਜਿਹੜਾ 올 ਥਰੂ ਦ ਫਿਲਮ ਜਿੱਤ ਤੱਕ ਬਣ ਕੇ ਸਿਨੇਮਾ ਘਰ ਤੱਕ ਪਹੁੰਚਦੀ ਹੈ ਇੰਨਾ ਬੰਦਾ ਕੰਮ ਕਰ ਜਾਂਦਾ ਹੈ ਇੰਨੇ ਕ੍ਰੀਏਟਿਵ ਪੀਪਲ ਕ੍ਰੀਏਟਿਵ ਮਾਈਂਡਸ ਲੱਗੇ ਹੁੰਦੇ ਨੇ ਸੀਨ ਬਰ ਸੀਨ ਕਦੀ ਕਦਿ ਕਦੇ ਵਿਕਰਮ ਪ੍ਰਧਾਨ ਰਾਤ ਦੇ 2 ਵਜੇ ਵੀ ਬੈਠਾ ਹੁੰਦਾ ਸੀ ਕਦੀ ਕਦਿ ਕਦਿ ਉਥੇ ਲੈਬ ਦੇ ਵਿੱਚ ਮੇਕਿੰਗ ਸ਼ੋਰ एवरीथिंग ਇਜ਼ ਕਰੈਕਟ ਹਨਾ ਫਿਰ ਸਾਊਂਡ ਮਿਕਸਿੰਗ ਹੈ ਪ੍ਰੀ ਪ੍ਰੋਡਕਸ਼ਨ ਹੈ ਪ੍ਰੋਡਕਸ਼ਨ ਹੈ థੀਏਟਰ ਹੈ ਫਿਰ ਆਰਟਿਸਟ ਨੇ ਫਿਰ ਸਿੰਗਰਸ ਹੈ ਫਿਰ ਹੋਰ ਕੰਮ ਹੈ ਫਿਰ ਪੋਸਟ ਪ੍ਰੋਡਕਸ਼ਨ ਹੈ ਫਿਰ ਇੱਕ ਉਹ ਕੰਮ ਤਾਂ ਫਿਨਿਸ਼ ਹੋ ਜਾਂਦਾ ਹੈ ਹਨਾ ਅ ਦਲਮਾ ਤਾਂ ਬੰਦ ਪਈਆਂ ਜਿਹੜੀਆਂ ਸਿਰਮੇ ਤੱਕ ਪਹੁੰਚ ਨਹੀਂ ਪਾ ਰਹੀਆਂ ਇਹ ਵੀ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਚੈਲੰਜ ਹੈ ਇਹ ਇੰਨਾ ਬਣ ਕੇ ਸਕਰੀਨ ਤੇ ਆ ਜਾਏ ਡਿਸਟ੍ਰਿਬਿਊਸ਼ਨ ਦੇ ਵਿੱਚ ਵੀ ਇੰਨੇ ਉਹੀ ਪਰਟੀਕੂਲਰ ਸੈਟ ਆਫ ਪੀਪਲ ਨੇ ਠੀਕ ਹੈ ਉਹਨਾਂ ਦੀ ਫੀਸਿਸ ਆਰ ਸੋ ਹਾਈ ਹੈ ਨਾ ਚਲੋ ਇਹ ਤਾਂ ਵੈਗਰੂ ਦੀ ਕਿਰਪਾ ਹੋ ਰਹੀ ਨਾਰਥ ਅਮਰੀਕਾ ਡਿਸਟ੍ਰਿਬਿਊਟਰ ਮੈਂ ਆ ਪਿਆ ਨਾ ਅਦਰਵਾਈਜ਼ ਇੱਕ ਫਿਲਮ ਨੂੰ ਸਿਰਮੇ ਤੱਕ ਲਿਜਾਉਣ ਲਈ ਵੀ ਬਹੁਤ ਵੱਡਾ ਚੈਲੰਜ ਹੈ ਤੁਸੀਂ ਪਿਛਲੇ 10 ਸਾਲ ਦੇ ਵਿੱਚ ਨੌਨ ਸਿੰਗਰ ਫੇਸ ਇੱਕ ਜਾਂ ਦੋ ਤੋਂ ਵੱਧ ਬੰਦਾ ਕੋਈ ਆ ਕੇ ਮੈਂ ਤਾਂ ਇਹ ਸਮਝਦੇ ਸੀ ਵੀ ਡਿਸਟ੍ਰਿਬਿਊਟਰਸ ਦਾ ਜੂੜ ਵੱ ਡਿਸਟ੍ਰੀਬਿਊਟਰ ਦੀ ਤਾਂ ਹੁਣ ਲੋਡ ਹੈਂਦੀ ਹੈ ਨਹੀਂ ਐਨੀ ਪੈਂਦੀ ਹੈ ਡਿਸਟ੍ਰੀਬਿਊਟਰ ਅੱਛਾ ਹੁੰਦਾ ਤੁਸੀਂ ਆਪ ਹੀ ਸਿਨ ਵਿੱਚ ਬੁੱਕ ਕਰਕੇ ਨਹੀਂ ਲਾ ਦਿੰਦੇ ਨੀ ਉਹ ਫਿਰ ਐਵੇਂ ਹੁੰਦਾ ਵੀ ਆਪਾਂ ਨੂੰ ਜਿਵੇਂ ਹੁਣ ਲੋਕਲ ਮੈਂ ਉਹ ਰਿਆ ਹੈ ਨਾ ਔਰ ਮੇਰੇ ਕੋਲ ਇੱਕ ਕੰਪਨੀ ਹੈਗੀ ਮੈਂ ਸਨਮੇਜ ਦੇ ਨਾਲ ਆਪਣਾ ਰਜਿਸਟਰ ਕੀਤਾ ਹੈਗਾ ਹੈ ਨਾ ਤੇ ਉਹ ਫਿਰ ਮੇਰੀ ਕੰਪਨੀ ਦਾ ਅਕਾਊਂਟ ਓਪਨ ਕਰ ਦਿੰਦੇ ਆ ਫਿਰ ਜਿਹੜੇ ਡੀਸੀਪੀ ਜਾਂ ਥੀਏਟਰ ਚ ਡਰਾਈਵ ਚੱਲਦੀ ਹੈ ਉਹ ਡਿਲੀਵਰ ਮੇਰੀ ਮੇਰੀ ਜ਼ਿੰਮੇਵਾਰੀ ਹੁੰਦੀ ਹੈ ਕਰਾਉਣੀ ਹੈ ਨਾ ਬਟ ਅਕਾਊਂਟ ਲੋਕਲ ਕੰਪਨੀ ਨਾਲ ਖੋਲਦੇ ਆ ਹੁੰਦਾ ਕਿ ਜੇ ਜਿਵੇਂ ਲੈਟਸ ਅਿਊਮ ਕੋਈ ਹੋਰ ਡਿਸਟ੍ਰਿਬਿਊਟਰ ਹੋਊਗਾ ਕਿ ਕਿਸੇ ਹੋਰ ਭਾਈ ਨੇ ਫਿਲਮ ਰਿਲੀਜ਼ ਕਰਨੀ ਹੈ ਉਹ ਕਹੂਗਾ ਭਾਈ ਮੇਰੀ ਫੀਸ 10000 ਡਾਲਰ ਹੈ Mm -hmm. just to send an email to the theater company that uh, we will be distributing this ਤੇ ਉਹ ਤੋਂ ਬਾਅਦ ਉਹਨੇ ਡੀਸੀਪੀ ਵਾਲਿਆਂ ਨੂੰ ਈਮੇਲ ਕਰਨੀ ਉਸ ਦੋ ਈਮੇਲਾਂ ਤੋਂ ਉਹਨਾਂ ਕਹਿੰਦਾ 10000 ਡਾਲਰ ਲੈਣਾ ਉਹਨਾਂ ਨੇ 10 ਮੈਂ ਲੈਣਾ ਹੀ ਕੈਨੇਡਾ ਦਾ 10 ਮੈਂ ਲੈਣਾ ਅਮਰੀਕਾ ਦਾ 10 ਹੋ ਗਿਆ ਇੰਗਲੈਂਡ ਦਾ ਤੇ 10 ਹੋ ਗਿਆ ਆਸਟ੍ਰੇਲੀਆ ਦਾ ਤੇ ਜੇ ਇੰਡੀਆ ਵੀ ਕਰਨੀ 10 ਹੋ ਗਿਆ ਸੋ ਕਹਿ ਲੋ ਵੀ ਆ 40 ਲੱਖ ਰੁਪਏ ਤਾਂ ਆ ਪਈ ਜੇ ਮਤਲਬ ਸਿਰਫ ਜਿਹੜਾ ਤੁਹਾਡੀ ਫਿਲਮ ਥੀਏਟਰ ਤੱਕ ਪਹੁੰਚੂਗੀ ਉਦੋਂ ਮਾਰਕੀਟਿੰਗ ਪਲਾਨ ਲੱਗਿਆ ਇਹ ਸਿਰਫ ਇਹ ਵੀ ਤੁਹਾਡੀ ਚੀਜ਼ ਮੈਂ ਲਾ ਕੇ ਫਿਲਮ ਚ ਲਾਉਣੀ ਹੈ ਥੀਟਰ ਦੇ ਵਿੱਚ ਇਹ ਤੁਹਾਡਾ 40 ਲੱਖ ਰੁਪਏ ਦਾ ਖਰਚਾ ਹੈ ਫਿਰ ਤੁਸੀਂ ਇਹ 60 ਲੱਖ ਦਾ ਖਰਚਾ ਹੈ ਫਿਰ ਇੰਡੀਆ ਦੇ ਵਿੱਚ ਹੁਣ ਮੈਂ ਰਿਲੀਜ਼ ਕਰਨ ਗਿਆ ਸੀ ਮੇਰਾ ਨਾ ਨਾ ਕਰਦੇ ਵੀ 1.5 ਕਰੋੜ ਤੇ ਲੱਗੇ ਜਿਹੜਾ ਉੱਥੇ ਲੱਗਿਆ ਉੱਥੇ ਤਾਂ ਜੀ 1 ਰੁਪਏ ਦੀ ਚੀਜ਼ ਹੈ ਤੁਹਾਨੂੰ 4 ਰੁਪਏ ਦੀ ਕੁੰਡੀ ਲੱਗਣੀ ਲੱਗਣੀ ਹੈ ਤੇ ਜੇ ਤੁਸੀਂ ਦੱਸ ਤੁਸੀਂ ਐਨਆਰਓ ਹੀ ਹੋ ਸਕਦਾ ਉਹ 6-7 ਦੀ ਜਾਵੜੇ ਹਨ ਤੇ ਇੰਨੀ ਵੱਡੀ ਕੁੰਡੀ ਹੈ ਤੇ ਮੈਂ ਤਾਂ ਇਹ ਸੋਚਦਾ ਵੀ ਹਾਂ ਜੇ ਫਿਊਚਰ ਚ ਗਦੀ ਕਿਤੇ ਕੰਮ ਕੀਤਾ ਇੰਡੀਆ ਰਿਲੀਜ਼ ਕਰਨ ਦੀ ਲੋੜ ਨਹੀਂ ਆਪ ਦਾ ਜੋ ਆਪਣੇ ਡਿਜੀਟਲ ਪਲੇਟਫਾਰਮਸ ਕਿਉਂਕਿ ਇੰਡੀਆ ਦੇ ਵਿੱਚ ਇਹ ਠੱਗੀ ਠੋਰੀ ਬਹੁਤ ਜ਼ਿਆਦਾ ਹੈ ਤੇ ਤੁਹਾਡੀ ਉਹ ਇੰਨੀ ਜ਼ਿਆਦਾ ਸਟ्रेस ਲੈਵਲ ਵਧਾ ਦਿੰਦਾ ਉਹ ਤਾਂ ਕੁਦਰਤੀ ਆਪਣੀ ਟੀਮ ਪਟਿਆਲੇ ਵਿੱਕੀ ਮਾਨ ਜੀ ਹੁਣੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਸੀ ਆਦਰਵਾਇਜ਼ ਮੇਰਾ ਵੀ ਉੱਥੇ ਫਿਲਮ ਨੂੰ ਰਿਲੀਜ਼ ਕਰਨ ਦਾ ਮਤਲਬ ਇਟ ਵਾਸ ਨੈਕਸਟ ਟੂ ਇੰਪੋਸੀਬਲ ਅਲ ਹਾਲਾਈ ਉਹ ਕਹਿੰਦਾ ਮੈਨੂੰ ਤਾਂ ਤੂੰ ਕਿਹੜੇ ਜੱਬ ਵਿੱਚ ਪਾਤਾ ਪਾਗਲ ਕਰਤਾ ਕਹਿੰਦਾ ਮੈਨੂੰ ਇਹਨਾਂ ਨੇ ਪਾਗਲ ਕਿਉਂਕਿ ਲਾ ਕੇ ਕੁੰਡੀ ਭੇਜ ਦਿੰਦੇ ਫਿਰ ਕੀ ਹੁੰਦਾ ਹੀ ਅਸੀਂ ਉਹਨੂੰ ਪੁੱਛਦੇ ਫਿਰਦੇ ਜਿਵੇਂ ਹੁਣ ਇੱਕ ਡਿਸਟ੍ਰਿਬਿਊਸ਼ਨ ਵਾਲੇ ਦੇਖੋ ਫਿਲਮ ਤਾਂ ਡਿਗਲਨ ਰਿਲੀਜ਼ ਹੋ ਰਹੀ ਹੈ 4.5 ਲੱਖ ਰੁਪਏ ਦਾ ਬਿੱਲ ਤੁਹਾਨੂੰ ਰਾਤ ਨੂੰ ਆ ਗਿਆ ਭੇਜਦੇ ਵੀ ਲਾਸਟ ਮੂਮੈਂਟ ਤੇ ਕੋ ਪਤਾ ਹੈ ਵੀ ਅਗਰ ਅਗਲਾ ਬੰਦਾ ਫਸਿਆ ਹੋਇਆ ਹੈ ਇਹਨੂੰ ਪੈਸੇ ਦੇਣੇ ਪੈਣਗੇ ਹਨਾ ਫੇਰ ਤੁਹਾਨੂੰ 4.5 ਲੱਖ ਲੱਗ ਰਿਹਾ ਵੀ ਵੱਧ ਹੈ ਫਿਰ ਅਸੀਂ ਉੱਥੇ ਕਾਕੂ ਪਟਿਆਲਾ ਮੋਸ਼ਨ ਵਾਲਾ ਉਹਨੂੰ ਭੇਜਿਆ ਭਾਈ ਦੇਖ ਕੇ ਦੱਸੀਂ ਕਹਿੰਦਾ 1.5 ਲੱਖ ਰੁਪਏ ਦੀ ਗੁੰਡੀ ਹੈ ਇਹਦੇ ਵਿੱਚ ਪਰ ਹੁਣ ਤੁਸੀਂ ਕੋਈ ਕਰ ਕੋਈ ਨਹੀਂ ਚਾਹਦੇ ਕਿਉਂਕਿ ਫਿਲਮ ਜੇ ਉਹ ਨਹੀਂ ਸੈਂਡ ਕਰੂਗਾ ਕੱਲ ਥੀਏਟਰ ਤੱਕ ਫਿਲਮ ਪਹੁੰਚੂਗੀ ਨਹੀਂ ਸੋ ਇਹ ਲਾਸਟ ਮਿੰਟ ਤੇ ਜਿਹੜੀ ਉਹ ਸਾਰਾ ਤੁਹਾਡਾ ਟ੍ਰੀਟਮੈਂਟ ਜਾਂ ਤੁਹਾਡੀ ਹਰਾਸਮੈਂਟ ਹੈ ਨਾ ਇਹ ਲਾਸਟ ਵੀਕ ਤਾਂ ਮੇਰਾ ਇੰਨਾ ਸਟ੍ਰੈਸਫੁੱਲ ਸੀ ਫਿਲਮ ਕਰਕੇ ਨਹੀਂ ਆ ਜਿਹੜੇ ਆਲੇ-ਦੁਆਲੇ ਲੋਕਾਂ ਨੇ ਗੁੰਡੀ ਲਾਉਣ ਵਾਲੇ ਤੁਹਾਨੂੰ ਰੋਂਗ ਇਨਫੋਰਮੇਸ਼ਨ ਮੈਨੀਪੂਲੇਸ਼ਨ ਉਹ ਸਾਰੇ ਸਿਸਟਮ ਜਿੱਤਾਂ ਤੇ ਕੋਈ ਨਵਾਂ ਬੰਦਾ ਫਿਲਮ ਨਹੀਂ ਬਣਾ ਸਕਦਾ ਤੁਸੀਂ ਦੱਸੋ ਵੀ ਕੋਈ ਨਵਾਂ ਬੰਦਾ ਆਉਂਦਾ ਆ ਨਹੀਂ ਸਕਦਾ ਕਿ ਮੈਂ ਆਊਗਾ ਤੁਸੀਂ ਤਾਂ ਪਾਗਲ ਹੋ ਜਾਊਗਾ ਅਤਨਾ ਮੈਂ ਗਿਣਤੇ ਗਿਣਤੇ ਸਾਰੇ ਗਿਣਾ ਤੇ ਵੀ 1.5 ਤੋਂ 2 ਕਰੋੜ ਤਾਂ ਸਿੱਧਾ ਆ ਪਿਆ ਜੀ ਸੋ ਬਹੁਤ ਮਿਹਰਬਾਨੀ ਤੁਹਾਡੀ ਇੱਥੇ ਆਉਣ ਲਈ ਤੇ ਮੈਂ ਉਮੀਦ ਰੱਖਦਾ ਕਿ ਤੁਸੀਂ ਇਸ ਜਿਹੜੀਆਂ ਖੱਜਲ ਖੋਰੀਆਂ ਤੋਂ ਚ ਜਿਗੋਗੇ ਨਹੀਂ ਕਿਉਂਕਿ ਮੱਖਣ ਸਿੰਘ ਵਰਗੇ ਹਾਲੇ ਵੀ ਇਹੋ ਜਿਹੇ ਜਿਹੜੇ ਨੇ ਅਨਸੰਗ ਹੀਰੋਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਵੀ ਸਾਡੇ ਸਾਰੇ ਸੁਣ ਵਾਲਿਆਂ ਨੂੰ ਅਪੀਲ ਕਰਨਾ ਚਾਹਣਾ ਕਿ ਫਿਲਮ ਜ਼ਰੂਰ ਦੇਖੋ ਥੀਏਟਰ ਚ ਜਾ ਕੇ ਦੇਖੋ ਇਹਦੇ ਵਿੱਚ ਮਿਹਨਤ ਦੇ ਨਾਲ ਨਾਲ ਇਕ ਇਹੋ ਜਿਹਾ ਕੰਮ ਹੈ ਕਿ ਜਿਹੜੇ ਲੋਕ ਗੁਮਨਾਮ ਰਹਿ ਕੇ ਹੀ ਸਾਡੇ ਸਾਰੀ ਕੌਮ ਦਾ ਨਾਮ ਉੱਚਾ ਕਰ ਗਏ ਸਾਡੇ ਪੰਜਾਬ ਦਾ ਨਾਮ ਉੱਚਾ ਕਰ ਗਏ ਉਹਨਾਂ ਨੂੰ ਸਵਾਇ ਖੱਜਲ ਖਵਾਰੀ ਤੋਂ ਕੁਝ ਨਹੀਂ ਮਿਲਿਆ ਗਰੀਬੀ ਗੁਰਬਤ ਨੇ ਉਹਨਾਂ ਦਾ ਖੜਾ ਨਹੀਂ ਛੱਡਿਆ ਜੇ ਕਰਮਵਾਰ ਵਰਗੇ ਮੁੰਡੇ ਹੁਣ ਉਹਨਾਂ ਨੂੰ ਉੱਪਰ ਚੁੱਕਣਾ ਚਾਹੁੰਦੇ ਨੇ ਲੋਕਾਂ ਨੂੰ ਚੇਤੇ ਕਰਾਉਣਾ ਚਾਹੁੰਦੇ ਨੇ ਉਹਦੇ ਨਾਲ ਪਾਈ ਚਿਹਰੇ ਦੀ ਠੁੱਕ ਬਣਦੀ ਹੈ ਤਾਂ ਜ਼ਰੂਰ ਇਹ ਫਿਲਮ ਦੇਖੀ ਜਾਣੀ ਚਾਹੀਦੀ ਹੈ ਕਰਮ ਸਿੰਘ ਬਾੜੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਾਈ ਜੀ